कि सच्ची मुच्ची जिहड़े टेस्ट हुंदे ने उह सस्ते ने आम लोकां दी पहुंच दे विच। बिल्कुल जी, सरकारी रेटां तों वी घट, सिर्फ खर्चियां ते। अगर एक थायरॉयड टेस्ट की गल करां तां TSH दा रेट PGI च भी 100 रुपया, इत्थे 50 रुपये च हुंदा। ਜਿਹੜਾ ਸਾਡਾ 800 ਰੁਪਏ ਦੇ ਵਿੱਚ 70 ਟੈਸਟ ਹੁੰਦੇ ਜੀ, ਸਾਰੀ ਸੇਵਾ। ਇਹ ਮਤਲਬ ਮਾਡਲ ਜਿਹੜਾ ਆ ਸੇਵਾ ਵਾਲਾ ਮਾਡਲ ਵਾ। ਸਾਡੇ ਲੋਕੀ ਗਰੀਬ ਗੁਰਬਾ ਆ, ਟੈਸਟ ਨਹੀਂ ਕਰਾਉਂਦੇ ਜੀ। ਉਹ ਟੈਸਟ ਨਾ ਕਰਾਉਣ ਕਰਕੇ ਬਿਮਾਰੀਆਂ ਬਹੁਤ ਗਾਂਹ ਨਿਕਲ ਜਾਂਦੀਆਂ, ਬਹੁਤ ਬਿਮਾਰੀਆਂ ਵੱਧ ਜਾਂਦੀਆਂ। ਬਿਲਕੁਲ ਉਹੀ ਢਾਂਚਾ ਜਿਹੜਾ ਕਿ ਸਿੰਘੂ ਬਾਰਡਰ ਦੇ ਉੱਤੇ ਹੁੰਦਾ ਸੀ, ਉਹ ਢਾਂਚਾ ਬਿਲਕੁਲ ਉਸੇ ਤਰੀਕੇ ਜਿਹੜਾ ਉਹ ਰੱਖਿਆ ਹੋਇਆ। ਕੀ ਸਮੱਸਿਆ ਹੋਵੇ ਤਾਂ ਤੁਹਾਡੇ ਕੋਲ ਆ ਸਕਦੇ ਆ, ਜਿਹੜੀ ਹੱਲ ਕਰ ਦਿਓਗੇ ਦੰਦਾਂ ਦੀ? ਜਿਹਨੂੰ ਕੋਈ ਸਮੱਸਿਆ ਨਹੀਂ ਵੀ ਹੈਗੀ, ਜਿਹੜੇ ਚੈੱਕ ਕਰਾਉਣਾ ਚਾਹੁੰਦੇ ਆ, ਜਦੋਂ ਮਰਜ਼ੀ ਆ ਕੇ ਚੈੱਕ ਕਰਾ ਸਕਦੇ ਆ। ਚੰਗਾ ਲੱਗਦਾ ਜੀ ਇੱਥੇ ਆ ਕੇ? ਬਹੁਤ ਵਧੀਆ ਲੱਗਦਾ ਜੀ, ਬਹੁਤ ਵਧੀਆ ਲੱਗਦਾ। ਤੁਸੀਂ ਇਤਿਹਾਸ ਵੀ ਸਾਂਭਿਆ, ਤੁਸੀਂ ਸਾਰਿਆਂ ਨੂੰ ਇਕੱਠੇ ਰੱਖਿਆ, ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਪਹਿਲਾਂ ਸਾਰੀ ਸਾਧ ਸੰਗਤ ਨੂੰ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਠ ਸਾਹਿਬ ਆਏ ਸਾਡੀ ਪੰਜਾਬ ਦੀ ਧਰਤੀ 'ਤੇ, ਬਾਹਰ ਬੈਠੇ ਸਾਡੇ NRI ਵੀਰਾਂ ਦਾ ਕਾਫੀ ਸਾਨੂੰ ਸਹਿਯੋਗ ਮਿਲਿਆ, ਕਿਸਾਨੀ ਮੋਰਚੇ ਦੇ ਵਿੱਚ ਵੀ ਅੱਜ ਮੌਕਾ ਮਿਲਿਆ ਬਾਠ ਸਾਹਿਬ ਉਹਨਾਂ ਦੇ ਨਾਲ ਰੂਬਰੂ ਹੋਣ ਦਾ, ਫੇਸ ਟੂ ਫੇਸ ਗੱਲਾਂ ਬਾਤਾਂ ਕਰਨ ਦਾ। ਅਤੇ ਅੱਜ ਸਾਡੇ ਜਿਹੜਾ ਸਿੰਘੂ ਮੋਰਚੇ ਦੇ ਉੱਤੋਂ ਕਿਸਾਨ ਮਜ਼ਦੂਰ ਏਕਤਾ ਹੋਸਪਿਟਲ ਸ਼ਿਫਟ ਹੋ ਕੇ ਚਲਾਂਗ ਭੋਗਪੁਰ ਜਲੰਧਰ ਦੇ ਵਿੱਚ ਆਇਆ, ਉੱਥੇ ਇਹਨਾਂ ਦੇ ਚਰਨ ਪਏ ਆ। ਔਰ ਅਸੀਂ ਬੜਭਾਗੇ ਹਾਂ, ਸਾਰੀ ਸੰਗਤ ਬੜਭਾਗੀ ਆ ਕਿ ਸਾਡੇ ਬਾਠ ਸਾਹਿਬ ਜਿਹੜੇ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਔਰ ਬਹੁਤ ਤਾਂ ਲੈ ਕੇ ਗਏ ਆ ਆਲ ਵਰਲਡ ਦੇ ਵਿੱਚ, NRI ਵੀਰਾਂ ਨੂੰ ਪੰਜਾਬ ਦੀ ਇਕੱਲੀ ਇਕੱਲੀ ਖਬਰ ਬਾਰੇ ਜਾਣੂ ਕਰਾਉਂਦੇ। ਅੱਜ ਵੀ ਇਹੋ ਜਿਹੀਆਂ ਖਬਰਾਂ ਜਾਣੂ ਕਰਾਵਾਂਗੇ ਸਾਧ ਸੰਗਤ ਨੂੰ, NRI ਵੀਰਾਂ ਨੂੰ, ਕਿ ਇਹ ਜਿਹੜੇ ਕਿਸਾਨ ਮਜ਼ਦੂਰ ਏਕਤਾ ਹੋਸਪਿਟਲ ਦੇ ਵਿੱਚ ਜਿਹੜੀ ਸਾਡੀ ਲੈਬ ਚੱਲਦੀ ਆ ਲਾਈਫ ਕੇਅਰ ਫਾਊਂਡੇਸ਼ਨ ਦੀ, ਵਟਸਐਪ ਮੈਂ ਇੱਧਰ ਕਹਿੰਦਾ, ਇਹ ਸਾਡਾ ਸੈਟਅਪ ਜਿਹੜਾ ਆ ਡੇਰਾਬਸੀ ਲੱਗਿਆ ਹੋਇਆ, ਮਤਲਬ ਹੈਡ ਆਫਿਸ, ਕਰੋੜਾਂ ਦੀਆਂ ਮਸ਼ੀਨਾਂ ਆ ਜਿੰਨੇ ਵੀ ਸਾਡੇ ਤਕਰੀਬਨ ਇਸ ਟਾਈਮ 45 ਲਾਈਫ ਕੇਅਰ ਫਾਊਂਡੇਸ਼ਨ ਦੇ ਕੁਲੈਕਸ਼ਨ ਸੈਂਟਰ ਪੰਜਾਬ ਦੇ ਵਿੱਚ ਚੱਲ ਰਹੇ ਆ। ਸਾਰੇ ਕੁਲੈਕਸ਼ਨ ਸੈਂਟਰਾਂ ਦੇ ਵਿੱਚੋਂ ਜਿਹੜਾ ਬਲੱਡ ਕੁਲੈਕਟ ਕਰਕੇ ਡੇਰਾਬਸੀ ਜਾਂਦਾ ਔਰ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਆ। ਤਕਰੀਬਨ ਸੰਗਤ ਨੂੰ ਕਾਫੀ ਪਤਾ ਆ, ਜਿਹੜਾ ਸਾਡਾ 800 ਰੁਪਏ ਦੇ ਵਿੱਚ 70 ਟੈਸਟ ਹੁੰਦੇ ਜੀ, 70 ਟੈਸਟ ਆ ਬਾਠ ਸਾਹਿਬ, 800 ਰੁਪਏ ਦੇ ਵਿੱਚ। ਜੇ ਤੁਸੀਂ ਇਹਦੇ ਵਿੱਚ ਵਿਟਾਮਿਨ ਨਹੀਂ ਕਰਾਉਣੇ ਤੇ 500 ਰੁਪਏ ਦਾ ਪੈਕੇਜ ਆ ਜੀ, ਜਿਹੜਾ 500 ਰੁਪਏ ਦਾ ਪੈਕੇਜ, ਉਹਦੇ ਵਿੱਚ 60 ਟੈਸਟ ਆ। ਰੁਪਏ ਦਾ ਸਰ, ਜੀ ਜੀ, ਸਾਰੀ ਸੇਵਾ। ਇਹ ਮਤਲਬ ਮਾਡਲ ਜਿਹੜਾ ਆ ਸੇਵਾ ਵਾਲਾ ਮਾਡਲ ਵਾ, ਕੋਈ ਅਗਰਾਈ ਵਾਲਾ ਮਾਡਲ ਨਹੀਂ ਹੈ, ਪੈਸੇ ਇਕੱਠੇ ਕਰਨ ਵਾਲਾ ਮਾਡਲ ਨਹੀਂ ਹੈ। ਸੰਗਤ ਦੀ ਸੇਵਾ ਜਿਸ ਤਰ੍ਹਾਂ ਸਿੰਘੂ ਮੋਰਚੇ ਤੇ ਚੱਲਦੀ ਸੀ, ਸਾਡਾ ਜਿਹੜੀ ਟੀਮ ਆ ਸਾਡੀ ਲਾਈਫ ਕੇਅਰ ਫਾਊਂਡੇਸ਼ਨ, ਸਵੱਸ ਕਿਸਾਨ ਮੋਰਚਾ ਔਰ ਕਿਸਾਨ ਏਡ ਔਰ ਸਾਡੇ ਵੱਲੋਂ ਜਿਹੜਾ ਯੋਗਦਾਨ ਪਾ ਰਿਹਾ, ਇਹ ਸੇਵਾ ਹੀ ਮਾਡਲ ਚੱਲ ਰਿਹਾ ਆ। ਔਰ ਸੇਵਾ ਦੇ ਮਾਡਲ ਦੇ ਆਧਾਰ ਦੇ ਉੱਤੇ ਹੀ ਇਹ ਜਿੰਨੇ ਕੁ ਟੈਸਟ, ਸਿਹਤਮੰਦ ਮਿਸ਼ਨ ਪੰਜਾਬ ਸਾਡਾ ਚੱਲ ਰਿਹਾ, ਜਿਹੜਾ ਮਿਸ਼ਨ ਆ ਸਿਹਤਮੰਦ ਪੰਜਾਬ ਬਣਾਉਣ ਲਈ, ਤਾਂ ਕਿ ਜਿਹੜੇ ਸਾਡੇ ਲੋਕੀ ਗਰੀਬ ਗੁਰਬਾ ਆ ਟੈਸਟ ਨਹੀਂ ਕਰਾਉਂਦੇ ਜੀ, ਉਹ ਟੈਸਟ ਨਾ ਕਰਾਉਣ ਕਰਕੇ ਬਿਮਾਰੀਆਂ ਬਹੁਤ ਗਾਂਹ ਨਿਕਲ ਜਾਂਦੀਆਂ, ਬਹੁਤ ਬਿਮਾਰੀਆਂ ਵੱਧ ਜਾਂਦੀਆਂ। ਔਰ ਜੇ ਜਦੋਂ ਬਿਮਾਰੀ ਵੱਧ ਜਾਂਦੀ ਆ ਲਾਸਟ ਸਟੇਜ ਤੇ ਚੱਲ ਜਾਂਦੀ, ਉਦੋਂ ਸਾਨੂੰ ਡਾਕਟਰਾਂ ਕੋਲ ਜਾਣਾ ਪੈਂਦਾ, ਟੈਸਟ ਕਰਾਉਣੇ ਪੈਂਦੇ, ਬਹੁਤ ਨੱਠ ਭੱਜ ਕਰਨੀ ਪੈਂਦੀ, ਪਰ ਪੱਲੇ ਕੁਛ ਨਹੀਂ ਪੈਂਦਾ। ਸੋ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ, ਤੁਹਾਡੇ ਪ੍ਰਾਈਮ ਏਸ਼ੀਆ ਥਰੂ, ਮੀਡੀਆ ਥਰੂ, ਤੁਹਾਡੇ ਥਰੂ ਇਹੀ ਬੇਨਤੀ ਕਰਦੇ ਕਿ ਜਿਹੜੇ ਵੀ ਸਾਡੇ ਘਰਾਂ 'ਚ ਬਜ਼ੁਰਗ ਆ, ਜਵਾਨ ਆ, ਆਪਣੇ ਟੈਸਟ ਜ਼ਰੂਰ ਕਰੋ। 800 ਰੁਪਇਆ ਕੁਛ ਵੀ ਨਹੀਂ ਹੈ, ਔਰ 800 ਦੇ ਟੈਸਟ ਦੇ ਨਾਲ ਤੁਹਾਡੇ ਸਰੀਰ ਦਾ ਸ਼ੀਸ਼ਾ ਕਲੀਅਰ ਹੋ ਜਾਂਦਾ ਵੀ ਤੁਹਾਡਾ ਕੋਲੈਸਟ੍ਰੋਲ ਕਿੱਥੇ ਆ, ਥਾਇਰਾਇਡ ਕਿੱਥੇ ਆ, ਲਿਵਰ ਪ੍ਰੋਫਾਈਲ ਤੁਹਾਡੀ ਕਿਸ ਤਰ੍ਹਾਂ ਹੈ, CBC ਦਾ ਕਿਸ ਤਰ੍ਹਾਂ, ਲਿਪਿਡ ਪ੍ਰੋਫਾਈਲ ਕਿੱਦਾਂ, KFT, ਕੈਲਸ਼ੀਅਮ, ਬਲੱਡ ਸ਼ੂਗਰ, ਵਿਟਾਮਿਨ ਡੀ, ਵਿਟਾਮਿਨ 12, ਆਇਰਨ ਪ੍ਰੋਫਾਈਲ ਕਿਸ ਤਰ੍ਹਾਂ ਹੈ। 180 ਰੁਪਏ ਦਾ ਵਿੱਚ ਹੋਵੇਗਾ। ਔਰ ਬਾਠ ਸਾਹਿਬ ਇੱਕ ਹੋਰ ਜਿਹੜੀ 1000 ਦਾ 270 ਆ ਬਾਠ ਸਾਹਿਬ, ਹਾਂਜੀ ਬਾਠ ਸਾਹਿਬ, ਇਹ ਵੀ ਆ
ਕਿ ਇਹਦੇ ਵਿੱਚ ਸਾਡੇ ਜਿਹੜੇ ਟੈਸਟ ਹੋਣੇ ਇਹਨਾਂ ਦੇ ਵਿੱਚ ਮਿਡਲ ਮੈਨ ਨਹੀਂ ਹੈ ਕੋਈ ਵੀ। ਠੀਕ ਹੈ ਜੀ। ਮਿਡਲ ਮੈਨ ਦਾ ਮਤਲਬ ਕਿ ਅੱਜ ਕੱਲ੍ਹ ਤੁਸੀਂ ਸੁਣਿਆ ਦੇਖਿਆ ਹੋਣਾ ਵੀ ਡਾਕਟਰ ਦੱਸਦਾ ਲੈਬ ਵਾਲੇ ਨੂੰ ਵੀ ਕਿਸ ਤਰ੍ਹਾਂ ਦੀ ਤੂੰ ਰਿਪੋਰਟ ਬਣਾਉਣੀ ਪੇਸ਼ੈਂਟ ਦੀ, ਮੇਰੇ ਤੋਂ ਪੁੱਛੇ ਬਿਨਾ ਪੇਸ਼ੈਂਟ ਦੀ ਰਿਪੋਰਟ ਨਹੀਂ ਬਣਾਉਣੀ। ਠੀਕ ਹੈ। ਲੇਕਿਨ ਇਹ ਜਿਹੜੀ ਰਿਪੋਰਟ ਆ ਤੁਹਾਡੇ ਵਟਸਐਪ ਤੇ ਆਊਗੀ ਜੀ, ਆਪਣੇ ਆਪ ਤੁਸੀਂ ਜਦੋਂ ਸੈਂਪਲ ਇੱਥੇ ਦੇਣਾ ਆ, ਤੁਸੀਂ ਆਪਣਾ ਵਟਸਐਪ ਨੰਬਰ ਦੇਣਾ ਜੀ, ਤੁਹਾਡੀ ਸ਼ਾਮ ਨੂੰ 10 ਵਜੇ ਤੋਂ ਪਹਿਲਾਂ ਤੁਹਾਡੀ ਵਟਸਐਪ ਤੇ ਰਿਪੋਰਟ ਆ ਜਾਊਗੀ। ਠੀਕ ਹੈ। ਔਰ ਦੂਸਰੇ ਦਿਨ ਜੇ ਤੁਸੀਂ ਚਾਹੁੰਦੇ ਆ, ਸਾਡੇ ਜਿੰਨੇ ਵੀ ਕਲੈਕਸ਼ਨ ਸੈਂਟਰ ਆ ਜਲੰਧਰ ਦੇ ਵਿੱਚ 4 ਚੱਲ ਰਹੇ ਆ, ਫੁਗਵਾੜੇ ਆ, ਨਵਾਂ ਸ਼ਹਿਰ, ਬੰਗਾ, ਰੋਪੜ, ਕੁਰਾਲੀ, ਹਰੇਕ ਜਗ੍ਹਾ ਲਾਈਫ ਕੇਅਰ ਫਾਊਂਡੇਸ਼ਨ ਦੇ ਚੱਲ ਰਹੇ। ਸਾਡਾ ਇਹੀ ਮਕਸਦ ਆ ਵੀ ਅਸੀਂ ਪੰਜਾਬ 'ਚ ਸਾਰੇ 'ਚ ਹੀ ਇਹ ਆਪਣੀਆਂ ਲੈਬਾਂ ਦਾ ਜਿਹੜੀ ਸੇਵਾ ਚੱਲ ਰਹੀ ਆ ਸਾਰਿਆਂ ਦੀ ਸੰਗਤ ਦੀ ਸੇਵਾ ਦੇ ਵਿੱਚ ਇਹ ਚੱਲੇ। ਇੱਥੇ ਦੀ ਸਦਾ ਸਰ ਟਾਈਮਿੰਗ ਕੀ ਆ, ਦਿਨ ਕਿਹੜੇ ਦਿਨ ਛੁੱਟੀ ਹੁੰਦੀ, ਕਿਹੜੇ ਦਿਨ ਖੁੱਲਦਾ ਤੇ ਟਾਈਮਿੰਗ ਕੀ ਆ? ਇਹ 7 ਦਿਨ ਵਟਸਐਪ ਚੱਲਦਾ ਹੈ ਉਹ ਜਿਹੜੀ ਲੈਬ ਆ ਸਾਡੀ 7 ਦਿਨ ਆ। ਹੁਣ ਸਾਡੇ ਕੈਂਪ ਜਿਹੜੇ ਚੱਲਦੇ ਆ ਲੈਬ ਦੇ ਨਾਲ ਨਾਲ, ਜਿਹਨੇ ਟੈਸਟ ਕਰਾਏ ਆ, ਚੈੱਕ ਕਿੱਥੋਂ ਕਰਾਉਣੇ ਆ, ਸਾਡੇ ਡਾਕਟਰ ਵੀ ਸੇਵਾ ਤੇ ਆਉਂਦੇ ਆ। ਡਾਕਟਰ ਰਣਜੀਤ ਆ ਸਾਡੇ ਹੁਸ਼ਿਆਰਪੁਰ ਦਾ, ਗੁਰਮੋਹਨ ਹਸਪੀਟਲ ਆ ਉਹਨਾਂ ਦਾ, ਉਹਨਾਂ ਨੇ ਮੋਰਚੇ ਤੇ ਵੀ ਬੜੀ ਸੇਵਾ ਕੀਤੀ ਡਾਕਟਰ ਨੇ। ਹੁਣ ਵੀ ਐਤਵਾਰ ਨੂੰ ਆਪਣਾ ਟਾਈਮ ਕੱਢਦੇ ਆ ਸਵੇਰੇ 11 ਵਜੇ ਤੋਂ ਲੈ ਕੇ 11 ਵਜੇ ਲੈਬ ਬੰਦ ਹੋ ਜਾਂਦੀ। ਲੈਬ ਦਾ ਜਿਹੜਾ ਕਲੈਕਸ਼ਨ ਦਾ ਸੈਂਪਲ ਕਲੈਕਸ਼ਨ ਕਰਨ ਦਾ ਆ ਸਵੇਰੇ 7 ਵਜੇ ਤੋਂ 10 ਵਜੇ ਤੱਕ, 11 ਵਜੇ ਤੱਕ, 11 ਵਜੇ ਤੱਕ, 4 ਘੰਟੇ ਦਾ ਵਟਸਐਪ। ਇਹ ਮਤਲਬ ਜਿੰਨੇ ਸੈਂਪਲ ਲੈਣੇ ਆ ਉਹ ਫਾਸਟਿੰਗ ਤੇ ਲੈਣੇ, ਸੋ 11 ਵਜੇ ਤੱਕ ਤਾਂ ਕੋਈ ਵੀ ਭੁੱਖਾ ਰਹਿ ਸਕਦਾ, ਉਹਦੇ ਬਾਅਦ ਫਿਰ ਇੱਦਾਂ ਵੀ ਭੁੱਖੇ ਰਹਿਣਾ ਥੋੜਾ ਔਖਾ ਹੋ ਜਾਂਦਾ ਨਾ। ਉਹਦੇ ਬਾਅਦ ਫਿਰ ਸਾਡੇ ਕੈਂਪ ਸ਼ੁਰੂ ਹੋ ਜਾਂਦੇ 11 ਵਜੇ ਤੋਂ ਬਾਅਦ ਜੀ, ਡਾਕਟਰ ਸਾਹਿਬ ਆ ਜਾਂਦੇ ਆ 11 ਵਜੇ ਤੋਂ, ਫਿਰ ਜਿੰਨੀ ਦੇਰ ਤੱਕ ਪੇਸ਼ੈਂਟ ਹੈਗੇ ਆ ਉਨੀ ਦੇਰ ਤੱਕ ਉਹ ਅਟੈਂਡ ਕਰਦੇ। ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿ ਕਦੋਂ ਸਟਾਰਟ ਹੋਇਆ ਸੀ, ਕਿੰਨੇ ਕਰੋਜ਼ ਲੋਕ ਆ ਕੇ ਚਲੇ ਜਾਂਦੇ ਆ, ਜਾਨੀ ਕਿ ਜਿਹੜੇ ਟੈਸਟ ਕਰਾ ਜਾਂਦੇ ਆ, ਕਿਹੜੇ ਮਹੀਨੇ ਸਟਾਰਟ ਹੋਇਆ ਸੀ? ਇਹ ਤਕਰੀਬਨ ਅਸੀਂ 11ਵੇਂ ਮਹੀਨੇ 'ਚ ਸ਼ੁਰੂ ਕੀਤਾ ਸੀਗਾ ਜੀ, ਮੋਰਚੇ ਤੋਂ ਆਏ ਸੀ ਅਸੀਂ ਜੈਲਦਾ ਸਾਹਿਬ, ਨਵੰਬਰ 'ਚ ਆਏ ਸੀ, ਹਾਂ ਨਵੰਬਰ ਦਸੰਬਰ, ਮਤਲਬ ਸਾਲ ਬਾਅਦ ਸਾਡੇ ਕੋਲ ਸ਼ੁਰੂ ਹੋਇਆ ਜੀ, ਸ਼ੁਰੂ ਹੋਇਆ। ਠੀਕ ਹੈ। ਕਿਉਂਕਿ ਫਿਰ ਇਹ ਸੀਗਾ ਵੀ ਉੱਥੇ ਤਾਂ ਮੋਰਚੇ ਦੇ ਵਿੱਚ ਤਾਂ ਤਤਪਤ ਵਾਲਾ ਕੰਮ ਸੀ, ਬਿਲਕੁਲ ਠੀਕ, ਪਰ ਇਹ ਸੀਗਾ ਵੀ ਇਹ ਲੌਂਗ ਟਾਈਮ ਚੱਲਣਾ ਆ, ਵੀ ਇਹਨੂੰ ਚੰਗੀ ਤਰ੍ਹਾਂ ਇਹਦੀ ਫੰਡੀਸ਼ਨ ਬਣਾਈ ਹੈ, ਥੱਲੇ ਟੈਲਾਂ ਲਾ ਕੇ, ਮਤਲਬ ਹਾਈਜੀਨਿਕਲੀ ਸਟੈਂਡਰਡ ਬਣਾਇਆ ਕਿ ਤਾਂ ਕਿ ਕਿਤੇ ਪੇਸ਼ੈਂਟ ਦਾ ਕੋਈ ਬਲੱਡ ਗਿਰ ਜਾਂਦਾ ਜਾਂ ਕੋਈ ਉਦਾਂ ਦੀ ਵੋਮਿਟਿੰਗ ਕਰਦੀ, ਉਹਦੇ ਨਾਲ ਹਾਈਜੀਨਿਕਲੀ ਸਟੈਂਡਰਡ ਜਿਹੜਾ ਸਾਡਾ ਬਣਿਆ ਰਹੇ। ਇਹ ਜਿਹੜਾ ਬਾਰਕੋਡ ਆ ਨਾ ਜੀ ਡਾਕਟਰ ਸਾਹਿਬ, ਵਟਸਐਪ ਜੀ, ਇਹ ਇੱਥੋਂ ਹੀ ਬਾਰਕੋਡ ਨਿਕਲਣਾ ਜੀ। ਠੀਕ ਹੈ ਜੀ। ਔਰ ਬਾਰਕੋਡ ਇਹ ਸਾਡੀ ਲੈਬ ਦੇ ਨਾਲ ਅਟੈਚ ਹੈ, ਅਟੈਚ ਹੈ। ਔਰ ਜਦੋਂ ਇੱਥੇ ਸੈਂਪਲ ਨਿਕਲਿਆ ਜੀ, ਇਹ ਬਾਰਕੋਡ ਤੇ ਲੱਗ ਗਿਆ ਜੀ, ਬੇਨ ਤੇ ਜਿਹੜੀ ਤੇ ਲੱਗ ਗਿਆ, ਉਧਰ ਮਸ਼ੀਨ ਨੇ ਚੱਕ ਲਿਆ, ਮਸ਼ੀਨ ਨੇ ਚੱਕ ਲਿਆ। ਖੁਦਾ ਨਾ ਖਾਸਤਾ ਕੋਈ ਰੱਬ ਨਾ ਕਰੇ ਰਾਹ ਦੇ ਵਿੱਚ ਕਿਤੇ ਮਿਸਪਲੇਸ ਹੋ ਜਾਂਦਾ ਤੇ ਉਹ ਮਸ਼ੀਨ ਨੇ ਦੱਸਣਾ ਵੀ ਇਹ ਜਿਹੜਾ ਸੈਂਪਲ ਉੱਥੋਂ ਲਿਆ ਸੀ ਉਹ ਇੱਥੇ ਪਹੁੰਚਿਆ ਨਹੀਂ, ਉਹਨੂੰ ਕਵਰ ਕਰੋ, ਦੱਸੋ ਕਿੱਥੇ ਹੈ। ਠੀਕ ਹੈ, ਬਿਲਕੁਲ। ਸੋ ਇਹ ਮਤਲਬ ਬਹੁਤ ਵਧੀਆ ਹੀਲਾ ਵਸੀਲਾ ਸਾਡੇ ਡਾਕਟਰ ਗਗਨ, ਇਹਨਾਂ ਨੇ ਕਮਲ ਦਾ ਫੁੱਲ ਇੱਥੇ ਲਿਆ ਕੇ ਲਾਇਆ ਹੋਇਆ ਜੀ, ਜਿੱਦਾਂ ਵੀ ਸੰਗਤ ਆਉਂਦੀ ਆਪਣੇ ਆਪਣੇ ਜਿਸ ਤਰ੍ਹਾਂ ਵੀ ਕੋਈ ਆਪਣੀ ਸੇਵਾ ਕਰਨੀ ਚਾਹੁੰਦਾ। ਔਰ ਮੈਂ ਤੁਹਾਨੂੰ ਵਟਸਐਪ ਇਹ ਵੀ ਦੱਸਣਾ ਚਾਹੁੰਦਾ ਕਿ ਜੇ ਇਸ ਬੰਦੇ ਨੇ ਜਿਹੜੀ ਸੇਵਾ ਕੀਤੀ ਉਹਦੀ ਉਸ ਤੇ ਨਾਂ ਆ, ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ, ਫਰਿੱਜ ਪਈ ਆ ਜੀ, ਇਹ ਕਿਸਾਨ ਏਡ ਵਾਲਿਆਂ ਨੇ ਦਿੱਤੀ ਸੀਗੀ ਜੀ, ਅਜੇ ਤੱਕ ਵੀ ਉਸੇ ਤਰ੍ਹਾਂ ਇਹਨਾਂ ਦਾ ਸਟਿੱਕਰ ਲੱਗਿਆ ਹੋਇਆ, ਨੋ ਫਾਰਮਰ ਨੋ ਫੂਡ ਦੇ ਸਟਿੱਕਰ ਉਸੇ ਤਰ੍ਹਾਂ ਹੀ ਲੱਗੇ ਹੋਏ ਆ ਜੀ, ਵੀ ਐ ਨਹੀਂ ਵੀ ਇਹ ਕਿਸੇ ਦਾ ਨਾਂ ਲਾ ਕੇ ਤੇ ਕਿਸੇ ਦਾ ਲਾ ਤੇ, ਇਸੇ ਤਰ੍ਹਾਂ ਹੀ ਜਿਹੜੇ ਬੋਰਡ ਵੀ ਆ ਬਿਜਲੀ ਦੇ, ਹਾਂਜੀ, ਇਹ ਉੱਥੇ ਦੇ ਹੀ ਆ ਜੀ, ਲਾਈਟਾਂ ਵੀ ਉੱਥੇ ਦੀਆਂ ਆ, ਕਿਸਾਨ ਮੋਰਚੇ ਦਾ ਹੀ ਆ, ਕਿਸਾਨ ਮੋਰਚੇ ਦਾ ਹੀ ਸਾਰਾ ਆ। ਹਾਂ, ਇਹਨਾਂ ਵੀ ਪੈਪ ਪੂਪ ਆਉਂਦੇ ਗਾਂਦੇ ਟੁੱਟ ਗਏ, ਉਹਨਾਂ ਨੂੰ ਬਦਲਿਆ ਗਿਆ ਆ, ਬਾਕੀ ਆ ਜਿਹੜੇ ਵੱਡੇ ਕੂਲਰ ਲੱਗੇ ਹੋਏ ਆ ਇਹ ਜਿਸ ਤਰ੍ਹਾਂ ਖਾਲਸਾ ਏਡ ਵਾਲਿਆਂ ਨੇ ਸਾਨੂੰ ਦਿੱਤੇ ਸੀਗੇ, ਡੋਨੇਟ ਕੀਤੇ ਸੀ, ਉਸੇ ਤਰ੍ਹਾਂ ਹੀ ਸਾਂਭੇ ਹੋਏ ਆ। ਜਿਸ ਤਰ੍ਹਾਂ ਇਹ ਬੈੱਡ ਆ, ਬੈੱਡ ਜਿਸ ਤਰ੍ਹਾਂ ਵੀ ਕਿਸੇ ਨੇ ਡੋਨੇਟ ਕੀਤੇ ਆ, ਜਿਸ ਤਰ੍ਹਾਂ ਵੀ ਕਿਸੇ ਨੇ ਕੋਈ ਚੀਜ਼ ਦਿੱਤੀ ਆ ਉਹ ਯਾਦਾਸ਼ ਉਸੇ ਤਰ੍ਹਾਂ ਬਣਾਈ ਹੋਈ ਆ। ਵੀਲ ਚੇਅਰ ਜੇ ਕਿਸੇ ਨੇ ਦਿੱਤੀ ਤੇ ਉਸੇ ਤਰ੍ਹਾਂ ਪਈ ਆ, ਜੇ ਫਾਇਰ ਇੰਸਪੈਕਸ਼ਨ ਸੀਗੇ ਖਾਲਸਾ ਏਡ ਵਾਲਿਆਂ ਨੇ ਦਿੱਤੇ ਤੇ ਉਸੇ ਤਰ੍ਹਾਂ ਪਏ ਆ। ਇਹ ਆ ਤੁਹਾਨੂੰ ਬਾਹਰ ਦਿਖਾਉਂਦੇ ਇੱਕ ਵਾਰੀ ਜੀ, ਜਿਹੜਾ ਸਾਡਾ ਆਰਓ ਸਿਸਟਮ ਸੀਗਾ ਜੀ, ਇਹ ਵੀ ਕਿਸਾਨ ਏਡ ਵਾਲਿਆਂ ਨੇ ਦਿੱਤਾ ਸੀਗਾ ਜੀ। ਔਰ ਜੇ ਆ ਬਿੰਨ ਆ ਜੀ, ਯੂਨਾਈਟਡ ਸਿੱਖ ਵਾਲਿਆਂ ਨੇ ਦਿੱਤੇ ਸੀ ਸਾਨੂੰ ਬਿੰਨ, ਤੇ ਯੂਨਾਈਟਡ ਸਿੱਖ ਦਾ ਹੀ ਸਟਿੱਕਰ ਲੱਗਿਆ ਹੋਇਆ, ਉਸੇ ਤਰ੍ਹਾਂ ਸਟਿੱਕਰ ਲੱਗਿਆ ਹੋਇਆ ਸਾਂਭ ਕੇ ਰੱਖਿਆ ਹੋਇਆ। ਇੱਕ ਹਸਪਤਾਲ ਦੇ ਨਾਲ ਨਾਲ ਇੱਕ ਯਾਦਾਸ਼ਤ, ਇੱਕ ਮਿਊਜ਼ੀਅਮ ਆ। ਇਹ ਤੁਹਾਨੂੰ ਪਤਾ ਉੱਥੇ ਦਿੱਲੀ ਦਾ ਜਿਹੜਾ ਪਾਣੀ ਸੀ ਬੜਾ ਗੰਦਾ ਸੀ ਜੀ, 250 ਤੱਕ TDS ਸੀਗੀ ਜੀ, 250 ਤੱਕ, ਹਾਂਜੀ। ਜੇ ਅਸੀਂ ਸਾਬਣ ਲਾ ਲੈਂਦੇ ਸੀ ਤਾਂ ਐਂ ਲੱਗਦਾ ਸੀਗਾ ਵੀ ਸਾਬਣ ਲੱਥਣਾ ਨੀ, ਲੱਥਣਾ ਨੀ, ਹਾਂਜੀ। ਤੇ ਇਹ ਸਾਨੂੰ ਜਿਹੜਾ ਸੈਟਅਪ ਦਿੱਤਾ ਸੀਗਾ ਕਿਸਾਨ ਏਡ ਵਾਲਿਆਂ ਨੇ, ਉਸੇ ਤਰ੍ਹਾਂ ਇੱਥੇ ਲਾ ਦਿੱਤਾ ਜੀ। ਇਹ ਹੁਣ ਕੰਮ ਕਰ ਰਿਹਾ ਜੀ, ਕੰਮ ਕਰ ਰਿਹਾ। ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਚਲਾ ਕੇ ਦਿਖਾਉਣਾ ਜੀ, ਇੱਧਰ ਥੋੜੀ ਸੀਕ੍ਰੇਟ ਰੱਖਿਆ ਹੋਇਆ ਵੀ ਇਹ ਚਲਾਵੇ ਨਾ ਕੋਈ।
ਚੱਲ ਪਿਆ ਜੀ ਉਹ। ਹਾਂਜੀ ਇਹ ਪਾਣੀ ਆਊਗਾ ਬਾਅਦ ਦੇ ਵਿੱਚ, ਸਾਰੇ ਪਾਈਪ ਫਿਲ ਹੋ ਕੇ ਚੱਲ ਪਿਆ ਜੀ। ਇਹ ਥੋੜਾ ਜੇ ਅੰਡਰ ਕੰਸਟਰਕਸ਼ਨ ਹੀ ਚੱਲ ਰਿਹਾ ਬਾਠ ਸਾਹਿਬ, ਇਹ ਟੈਂਕੀਆਂ ਲਾ ਕੇ ਅਸੀਂ ਪਾਣੀ ਇਹਨੂੰ ਯੂਜ਼ ਕਰਾਂਗੇ। ਇਹ ਹੁਣ ਸਾਫ ਪੀਣ ਵਾਲਾ ਪਾਣੀ ਜੀ? ਇਹ ਪਾਣੀ ਦੀ ਜਿਹੜੀ TDS ਹੈ 90 ਆ ਜੀ, 90 ਆ, 90 TDS ਤੇ ਆ ਜੀ। ਨਹੀਂ ਠੀਕ ਹੈ ਜੀ। ਇਹ ਬਾਠ ਟੈਂਕੀਆਂ ਜਿਹੜੀਆਂ ਜੀ ਕਿਸਾਨ ਏਡ ਨੇ ਦਿੱਤੀਆਂ ਤੇ ਉਹਨਾਂ ਦੇ ਸਟicker ਲੱਗੇ ਹੋਏ ਆ ਜੀ। ਆ ਫਿਰ ਇਹ ਸ਼ੈਲਟਰ ਵੀ ਬਣਨਾ ਜੀ ਇੱਥੇ। ਅੱਛਾ, ਇੱਥੇ ਬਣਾਉਣਾ ਹੈ ਸਾਰਾ। ਇਹ ਸ਼ੈਲਟਰ ਜੀ ਰਹਿਣ ਬਸੇਰਾ ਬਣੂਗਾ ਜੀ। ਇਹ ਮਤਲਬ ਸਾਡੇ ਡਾਕਟਰ ਸਾਹਿਬ ਜਿਹੜੇ ਇੱਥੇ ਆਉਣਗੇ ਡਿਊਟੀ ਤੇ ਉਹਨਾਂ ਦੇ ਆਰਾਮ ਕਰਨ ਵਾਸਤੇ। ਇਹ ਪੂਰਾ ਮਤਲਬ ਜਿਸ ਤਰ੍ਹਾਂ ਉੱਥੇ ਬਣਾਇਆ ਸੀ ਏਸੀ ਸਿਸਟਮ ਬਣੇ ਚੱਲਣ ਡਿਆ ਜੇ, ਅੰਡਰ ਕੰਸਟਰਕਸ਼ਨ ਚੱਲਦਾ ਪਿਆ ਜੀ ਤੇ ਹੌਲੀ ਹੌਲੀ ਆ ਲਾ ਰਹੇ ਹੋ। ਹਾਂਜੀ ਹਾਂਜੀ ਲਾ ਰਹੇ ਜੀ, ਮਤਲਬ ਸਾਂਭ ਕੇ ਰੱਖਿਆ ਹੋਇਆ ਤੇ ਇਦਾਂ ਹੀ ਚੱਲੇਗਾ। ਹਾਂਜੀ ਹਾਂਜੀ ਜੀ। ਇਹ RO ਸਿਸਟਮ ਦਾ ਇਦਾਂ ਆ ਵੀ ਜੇ ਕਿਸੇ ਨੂੰ ਆਲੇ ਦੁਆਲੇ ਆਪਣੇ ਪਿੰਡਾਂ ਦੇ ਵਿੱਚ ਕਿਸੇ ਗਰੀਬ ਗੁਰਬੇ ਦੀ ਧੀ ਭੈਣ ਦਾ ਵਿਆਹ ਆ, ਭੋਗ ਆ ਜਾਂ ਹੋਰ ਫੰਕਸ਼ਨ ਆ, ਉਹਦੇ ਤੇ ਪਾਣੀ ਫ੍ਰੀ ਆਫ ਕੋਸਟ ਲਿਜਾ ਸਕਦੇ। ਇਹ ਮਾਰਕਿੰਗ ਕਰ ਦਿੱਤੀ ਹੋਈ ਹੈ ਜੀ ਬਾਠ ਸਾਹਿਬ। ਇੱਧਰ ਫਾਰਮੈਸੀ ਆ ਜੀ, ਇੱਧਰ ਫਾਰਮੈਸੀ ਦੀ ਐਂਟਰੀ ਆ ਜੀ ਬਾਠ ਸਾਹਿਬ ਇੱਧਰੋਂ ਜੀ। ਇਹ ਬਾਠ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਦਵਾਈਆਂ ਜਿਹੜੀਆਂ ਆ ਇਹ ਮੋਰਚੇ ਦੀਆਂ ਪਈਆਂ ਹੋਈਆਂ ਜੀ। ਅੱਛਾ, ਮੋਰਚੇ ਦੀਆਂ ਪਈਆਂ? ਮੋਰਚੇ ਦੀਆਂ ਪਈਆਂ ਹੋਈਆਂ ਜੀ ਦਵਾਈਆਂ। ਔਰ ਸਾਨੂੰ ਇਹ ਫਿਕਰ ਲੱਗਾ ਰਹਿੰਦਾ ਵੀ ਇਹ ਐਕਸਪਾਇਰ ਹੋ ਜਾਣੀਆਂ ਆ, ਕੋਈ 11ਵੇਂ ਮਹੀਨੇ ਚ ਹੋ ਰਹੀ ਆ। ਸੋ ਅਸੀਂ ਤੁਹਾਡੇ ਮੀਡੀਆ ਥਰੂ ਵੀ ਦੱਸਣਾ ਚਾਹੁੰਦੇ ਜੇ ਕਿਸੇ ਚੈਰੀਟੇਬਲ ਸੰਸਥਾ ਨੂੰ ਦਵਾਈਆਂ ਚਾਹੀਦੀਆਂ ਹੋਣ ਤੇ ਸਾਡੇ ਕੋਲ ਜਿੰਨੀਆਂ ਵਾਧੂ ਹੈਗੀਆਂ ਲੈ ਸਕਦੇ ਆ। ਬਿਲਕੁਲ ਠੀਕ ਹੈ ਜੀ। ਇਹ ਸਾਡਾ ਸਿਕਿਉਰਿਟੀ ਸਿਸਟਮ ਆ ਜੀ। ਥੋੜੇ ਪੁਰਾਣੇ ਮਾਡਲ ਹੋ ਗਏ ਸੀਗੇ ਸਾਡੇ। ਅਮਰਜੀਤ ਭਾਜੀ ਆ, ਮੈਂ ਭੁੱਲ ਗਿਆ ਕਿਹੜੇ ਸ਼ਹਿਰ ਚੋਂ, ਅਮਰੀਕਾ ਤੋਂ ਆ, USA ਤੋਂ। ਉਹਨਾਂ ਦੇ ਬ੍ਰਦਰ ਆਏ ਸੀ ਦੇਖਣ ਦੇ, ਇੱਦਾਂ ਹੀ ਕਹਾਣੀ ਬਣ ਗਈ। ਉਹ ਕਹਿੰਦਾ ਮੈਂ ਕੈਮਰੇ ਠੀਕ ਕਰਨ ਗਿਆ ਸੀ ਉੱਥੇ ਹਸਪਤਾਲ ਦੇ, ਤੇ ਕਹਿੰਦੇ ਕਿੱਦਾਂ ਕੈਮਰੇ ਯਾਰ ਬਦਲ ਦੇ, ਕਹਿੰਦੇ ਕੈਮਰੇ ਚੰਗੇ ਨਹੀਂ, DVR ਨਹੀਂ, ਪੁਰਾਣਾ ਮਾਡਲ ਆ, 2 ਸਾਲ ਪੁਰਾਣਾ ਹੋ ਗਿਆ। ਤੇ ਕਹਿੰਦੇ ਤੂੰ ਪੁੱਛਦਾ ਕਿਹਨੂੰ ਆ ਫਿਰ, ਉਹਨੂੰ ਬਦਲ ਦੇ। ਤੇ ਉਹ ਭਾਜੀ ਉਹਨਾਂ ਨੇ ਸਾਰੇ ਮੋਸ਼ਨ ਸੈਂਸਰ ਵਾਲੇ ਕੈਮਰੇ ਆ ਸਰ। ਹਾਂਜੀ, ਬੰਦਾ ਮੋਹਰੇ ਆਉਂਦਾ ਤੇ ਚੱਲ ਪੈਂਦੇ। ਹਾਂ ਚੱਲ ਪੈਂਦੇ ਜੀ। ਇੱਧਰ ਜਿਹੜਾ ਤੁਹਾਡਾ ਜੀ ਠੀਕ ਹੈ ਜੀ? ਠੀਕ ਹੈ। ਇਹ ਡਾਕਟਰ ਰਣਜੀਤ ਹੈ ਜੀ, ਜਿਹਨਾਂ ਦੀ ਗੱਲ ਕਰਦੇ ਸੀਗੇ ਜੀ। ਇਹ ਸਾਡੇ ਡੈਂਟਲ ਡਾਕਟਰ ਆ। ਇਹ ਡਾਕਟਰ ਅਵਤਾਰ ਹੈ ਜੀ, ਇਹ ਫਾਊਂਡਰ ਆ ਸਾਡੇ ਲਾਈਫ ਕੇਅਰ ਫਾਊਂਡੇਸ਼ਨ ਦੇ ਫਾਊਂਡਰ ਹੈ ਜੀ। ਇਹਨਾਂ ਨੇ ਮਤਲਬ ਉੱਥੇ ਮੋਰਚੇ ਤੇ ਜਾ ਕੇ ਇੱਕ ਦਿਨ ਵਾਸਤੇ ਗਏ ਸੀਗੇ ਜੀ, ਵੀ ਉੱਥੇ ਆਪਣੇ ਕਿਸਾਨ ਭਰਾਵਾਂ ਦੀ ਸੇਵਾ ਕਰਕੇ ਆਈਏ ਇੱਕ ਦਿਨ ਵਾਸਤੇ। ਹਾਂ ਜੀ, ਇਹ ਜਿਹੜਾ ਰਾਊਂਡ ਟੇਬਲ ਪਿਆ ਨਾ ਉਹੀ ਲੈ ਕੇ ਗਏ ਸੀਗੇ ਉੱਥੇ। ਇਹਨਾਂ ਦੇ ਨਾਲ ਰਾਬਤਾ ਕਾਇਮ ਹੋਇਆ, ਸਾਡੇ ਨਾਲ ਮਿਲੇ ਇੱਕ, ਜਿੰਨੇ ਵੀ ਮੋਸਟਲੀ ਇੱਥੇ ਬੰਦੇ ਖੜੇ ਆ ਤੁਹਾਨੂੰ ਮਿਲਣਗੇ ਨਾ ਜੀ ਮੋਰਚੇ ਦੇ ਆ। ਹੇਜ਼ਲ ਵੀ ਸਾਨੂੰ ਮੋਰਚੇ ਦੀ ਮਿਲੀ ਹੈ ਜੀ। ਇਹ ਡਾਕਟਰ ਰਣਜੀਤ ਨੂੰ ਮੈਂ ਜਾਣਦਾ ਨਹੀਂ, ਕੋਈ ਪਿਛੋਕੜ ਦਾ ਨਹੀਂ ਪਤਾ ਮੈਨੂੰ ਇਹ ਕਿੱਥੋਂ ਆਏ ਕਿੱਥੇ ਨਹੀਂ, ਲੇਕਿਨ ਮੋਰਚੇ ਨੇ ਇੱਕ ਪਰਿਵਾਰ ਬਣਾ ਦਿੱਤਾ ਜੀ। ਇਸ ਪਰਿਵਾਰ ਦੇ ਵਿੱਚੋਂ ਕੈਲੀਬਿਕ ਕਰੀਮ ਜੀ, ਕਿਸੇ ਦੇ ਨਾਲ ਕੋਈ ਇਦਾਂ ਦਾ ਨਹੀਂ ਵੀ ਮਤਲਬ ਨਹੀਂ ਹੈ ਵੀ ਮਤਲਬ ਛੁਪਿਆ ਹੋਵੇ, ਤਾਂ ਮੈਂ ਉਹਦੇ ਨਾਲ ਮਿਲ ਰਿਹਾ ਵੀ ਮੈਂ ਉਹਦੇ ਕੁਛ ਕੋਈ ਲੈਣਾ ਜਾਂ ਦੇਣਾ ਨਹੀਂ। ਇਸ ਪਰਿਵਾਰ ਦੇ ਵਿੱਚ ਕੋਈ ਮਤਲਬ ਨਹੀਂ ਹੈ, ਇੱਕ ਦੂਸਰੇ ਦੇ ਨਾਲ ਹਮਦਰਦੀ ਆ, ਸਹਿਮਤੀ ਆ, ਮਨੁੱਖਤਾ ਦਾ ਕੰਮ ਆ, ਮਤਲਬ ਇੱਕ ਟਾਰਗੇਟ ਨੂੰ ਗਏ ਸੀ ਉੱਥੇ ਜੀ। ਸੋ ਡਾਕਟਰ ਸਾਹਿਬ ਬਾਠ ਸਾਹਿਬ ਕੋ ਰੀਬਨ ਕਟਾਈਏ, ਨੈਗੋਸ਼ੀਏਸ਼ਨ ਕਰੀਏ, ਚਲੋ ਜੀ ਆ ਜਾਓ। ਮੋਰਚੇ ਤੋਂ ਪੂਰਾ ਪੰਜਾਬ ਦੇਖਦਾ ਸੀ, ਕੋਈ ਪਲੇਟਫਾਰਮ ਮਿਲੇ ਸਾਰੇ ਉੱਥੇ, ਉਹ ਜਿਹੜੇ ਪੰਜਾਬ ਲਈ ਦਰਦ ਰੱਖਦੇ ਆ ਜਾਂ ਆਪਣੀ ਸਮਾਜ ਲਈ ਦਰਦ ਰੱਖਦੇ ਆ, ਅਸੀਂ ਕੁਛ ਕਰਨਾ ਚਾਹੁੰਦੇ ਆ, ਉਹ ਲੋਕ ਨਿਕਲ ਕੇ ਆਏ। ਫਿਰ ਉਹਨਾਂ ਨੇ ਸੇਵਾ ਸ਼ੁਰੂ, ਡਾਕਟਰ ਰਣਜੀਤ ਨੇ ਤੇ ਹੋਰ ਜਿੰਨੀ ਵੀ ਟੀਮ ਜੁੜੀ, ਹੁਣ ਉਹ ਫਿਰ ਉਦੋਂ ਦੇ ਇੱਦਾਂ ਜੁੜੇ ਆ, ਕੋਈ ਪ੍ਰੋਗਰਾਮ ਕਰਦੇ ਆ ਕਿਤੇ ਵੀ ਇਕੱਠੇ ਹੋਏ ਨੇ। ਟਹਿਣਾ ਸਾਹਿਬ ਨੇ ਸਟਾਰਟਿੰਗ 'ਚ ਮੈਨੂੰ ਉੱਥੇ ਜਦੋਂ ਹਨਾ ਵੀ ਆਪਾਂ ਕਰਦੇ ਸੀ, ਆਪਾਂ ਟਰਾਲੀਆਂ ਤੇ ਸ਼ੂਗਰਾਂ ਟੈਸਟ ਕਰਦੇ ਫਿਰਦੇ ਸੀ, ਤੇ ਭਾਜੀ ਮਿਲ ਕੇ ਤੁਸੀਂ ਕੀ ਕਰ ਰਹੇ ਹੋ? ਮੈਂ ਕਿਹਾ ਸ਼ੂਗਰਾਂ ਟੈਸਟ ਕਰਦੇ ਆ ਵੀ ਸ਼ੂਗਰਾਂ ਵਧੀਆ ਹੋਈਆਂ ਹੋਈਆਂ ਵੀ ਟਰਾਲੀਆਂ ਤੇ ਜਾ ਕੇ ਕਰਦੇ, ਤਾਂ ਉਹਨਾਂ ਨੇ ਉਸ ਤੋਂ ਬਾਅਦ ਕਾਫੀ ਸਪੋਰਟ ਕੀਤੀ ਸਾਨੂੰ। ਹਾਂ ਉਹ ਮਤਲਬ ਨਹੀਂ ਵਧੀਆ ਜੀ, ਉਹਦੇ ਨਾਲ ਸਾਰੇ ਇੱਕ ਮਿਲ ਕੇ ਕੰਮ ਕਰਦੇ ਤਾਂ ਟੀਮ ਰਿਜ਼ਲਟ ਨਿਕਲਦਾ ਹੀ ਆ। ਜੀ ਜੀ ਜੀ, ਚਲੋ ਬਾਕੀ ਤੁਹਾਡੇ ਦਰਸ਼ਨ ਹੋਣੇ ਆ, ਤੁਹਾਨੂੰ ਸ਼ੁਕਰੀਆ ਦਾ ਬਹੁਤ ਦੇਖੀਦਾ। ਇਹ ਬਾਠ ਸਾਹਿਬ ਸਾਡੇ ਮੁੰਡੇ ਜਿਹਨੇ ਪੀਲੀਆਂ ਜੈਕਟਾਂ ਪਾਈਆਂ ਹੋਈਆਂ, ਇਹ ਲਾਈਫ ਕੇਅਰ ਫਾਊਂਡੇਸ਼ਨ ਦੀਆਂ ਜੈਕਟਾਂ, ਹੋਰ ਜੀ ਕੀ ਇਹ ਵੀ ਸੇਵਾਦਾਰੀ ਹੈ ਇੱਥੇ ਮੁੰਡੇ। ਗੋਪੀ ਹੈ ਜੀ, ਹੋਰ ਜੀ ਠੀਕ ਠਾਕ ਹੋ ਜੀ? ਇਹ ਹਰ ਮਤਲਬ ਹਫਤੇ ਇਹਨਾਂ ਨੇ ਇੱਕ ਦਿਨ ਲਿਆ ਹੋਇਆ, ਡਾਕਟਰ ਰਣਜੀਤ ਨੇ ਜਿੱਦਣ ਆਉਣਾ ਤੇ ਇਹਨਾਂ ਨੇ ਆਉਣਾ ਜੀ। ਆਓ ਜੀ।
ਸੋ ਫਿਰ ਅਸੀਂ ਬਾਠ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਅੱਜ ਆਏ ਸਾਡੇ ਜਿਹੜਾ ਡੈਂਟਲ ਦਾ ਸੈਟਅਪ ਸੀਗਾ ਇਹ ਸਾਡੇ ਬਲਜੋਤ ਸਿੰਘ ਉਹਨਾਂ ਨੇ ਡੋਨੇਟ ਕੀਤਾ ਭਾਅ ਜੀ ਇਹ ਫੁਲਰੇਡਾ ਤੋਂ ਆ ਫੁਲਰੇਡਾ ਦਾ ਕਿਸਾਨ ਮੋਰਚਾ ਆ ਸਿੱਖ ਸੁਸਾਇਟੀ ਆਫ ਟੈਂਪੋ ਬੇ ਆ ਜੀ ਸਿੱਖ ਸਪੈਸੀਫਾਈ ਆਫ ਸੈਂਟਰਲ ਫਲੋਰੀਡਾ ਇਹਨਾਂ ਨੇ ਇਹ ਸਾਰਾ ਸੈਟਅਪ ਦਿੱਤਾ ਜੀ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਅਸੀਂ ਕਹਿੰਦੇ ਵੀ ਬਾਠ ਸਾਹਿਬ ਆਪ ਵੀ ਤੁਸੀਂ ਧੰਨਵਾਦ ਕਰੋ ਇਸ ਸੰਗਤ ਦਾ ਹਾਂਜੀ ਮੈਂ ਪਹਿਲੀ ਗੱਲ ਹੈ ਕਿ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪੰਜਾਬੀ ਭਾਈਚਾਰਾ ਜਦੋਂ ਇਕੱਠਾ ਹੁੰਦਾ ਨਾ ਤੇ ਉਹਦੇ ਨਤੀਜੇ ਨਿਕਲਦੇ ਆ ਜੀ 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 ਤੇ ਮੈਨੂੰ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਕਿ ਕਿਸਾਨ ਮੋਰਚਾ ਚਲੋ ਆਪਣੇ ਅੰਜਾਮ ਤੱਕ ਪਹੁੰਚਾ ਪ੍ਰਾਪਤੀਆਂ ਹੋਈਆਂ ਤੇ ਉਹਦੇ ਤੋਂ ਇੰਨਾ ਲੰਬਾ ਸਮਾਂ ਬਾਅਦ ਆਮ ਤੌਰ ਤੇ ਅਸੀਂ ਸਾਨੂੰ ਭੁਲੱਕੜ ਮੰਨਿਆ ਜਾਂਦਾ ਪੰਜਾਬੀਆਂ ਨੂੰ ਕਿ ਅਸੀਂ ਇੱਕ ਚੀਜ਼ ਕਰਦੇ ਹਾਂ ਛੱਡ ਦਿੰਦੇ ਹਾਂ ਇਤਿਹਾਸ ਸਾਂਭਦੇ ਨਹੀਂ ਤੁਸੀਂ ਇਤਿਹਾਸ ਵੀ ਸਾਂਭਿਆ ਤੁਸੀਂ ਸਾਰਿਆਂ ਨੂੰ ਇਕੱਠੇ ਰੱਖਿਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਸਾਰਿਆਂ ਨੂੰ ਇਹ ਜ਼ਰੂਰ ਬੇਨਤੀ ਕਰਦਾ ਕਿ ਭਾਈ ਜਲੰਧਰ ਤੋਂ ਪਠਾਨਕੋਟ ਨੂੰ ਜਾਓ ਤਾਂ ਤਕਰੀਬਨ 40 ਮਿੰਟ ਬਾਅਦ ਚਲਾਂਗ ਆ ਜਾਂਦਾ ਭੋਗਪੁਰ ਲੰਘ ਦੇ ਸਾਰ ਅਤੇ ਸੱਜੇ ਹੱਥ ਜੇ ਜਲੰਧਰੋਂ ਆਉਂਦੇ ਸੱਜੇ ਹੱਥ ਜੇ ਪਠਾਨਕੋਟ ਤੋਂ ਆਉਂਦੇ ਹਾਂ ਤਾਂ ਖੱਬੇ ਹੱਥ ਬਸ ਮੈਨੂੰ ਲੱਗਦਾ ਕਿ 300 ਮੀਟਰ ਹੋਊਗਾ 200 ਮੀਟਰ ਹੋਊਗਾ ਜੀ 200 ਮੀਟਰ ਹੋਊਗਾ 200 ਮੀਟਰ ਦੇ ਉੱਤੇ ਇਹ ਹੋਸਪਿਟਲ ਜਿਹੜਾ ਉਹ ਚੱਲ ਰਿਹਾ ਅਤੇ ਮੈਂ ਰੇਟ ਦੇਖ ਕੇ ਹੈਰਾਨ ਸੀ ਟੈਸਟਾਂ ਦੇ ਰੇਟ ਬੜੇ ਵਾਜਿਬ ਨੇ ਬਹੁਤ ਜ਼ਿਆਦਾ ਯਾਨੀ ਵਾਜਿਬ ਨੇ ਹੋ ਸਕਦਾ ਕਿ ਜੇ ਅਜੇ ਤੱਕ ਕਿਸੇ ਨੂੰ ਨਹੀਂ ਸੀ ਪਤਾ ਤਾਂ ਤੁਸੀਂ ਜ਼ਰੂਰ ਆ ਕੇ ਲਾਹਾ ਜਿਹੜਾ ਇਸ ਹੋਸਪਿਟਲ ਦਾ ਲੈਬੋਰਟਰੀ ਦਾ ਜਿਹੜਾ ਉਹ ਲਾਹਾ ਜਿੰਨਾ ਕੁ ਲੈ ਸਕਦੇ ਹੋ ਲਓ ਅਤੇ ਤੁਹਾਡਾ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਬਾਠ ਸਾਹਿਬ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਲੈ ਆਇਆ ਸਸਤੇ ਰੇਟਾਂ ਤੇ ਇਸੇ ਤਰ੍ਹਾਂ ਹੀ ਅਸੀਂ ਡੈਂਟਲ ਦਾ ਵੀ ਰੱਖਾਂਗੇ ਜੀ ਵੀ ਚੈਰੀਟੇਬਲ ਰੇਟਾਂ ਦੇ ਉੱਤੇ ਜਿਹੜੇ ਦੰਦਾਂ ਦੇ ਸਾਡੇ ਡਾਕਟਰ ਗੁਰਪ੍ਰੀਤ ਆਏ ਸੀਗੇ ਸਾਰੀ ਡਾਕਟਰਾਂ ਦੀ ਟੀਮ ਬੈਠੀ ਸੀ ਅਸੀਂ ਤਾਂ ਨਹੀਂ ਮਤਲਬ ਇੰਨੇ ਯੋਗੇ ਹੈਗੇ ਜੀ ਪਰ ਡਾਕਟਰ ਤਾਂ ਡਾਕਟਰ ਆ ਉਹਨਾਂ ਦੀ ਜਿਹੜੀ ਨੌਲੇਜ ਆ ਉਹਨਾਂ ਦਾ ਐਕਸਪੀਰੀਅੰਸ ਬਹੁਤ ਤਾਂ ਆ ਅਤੇ ਉਹ ਡਾਕਟਰ ਗੁਰਪ੍ਰੀਤ ਦੱਸ ਰਹੇ ਸੀ ਕਿ ਇੱਕ ਡੈਂਟਲ ਨੂੰ ਇੰਨਾ ਪਤਾ ਲੱਗ ਜਾਂਦਾ ਵੀ ਕਦੋਂ ਇਸ ਬੰਦੇ ਨੂੰ ਹਾਰਟ ਅਟੈਕ ਹੋਣਾ ਅੱਛਾ ਪਹਿਲਾਂ ਹੀ ਹਾਂਜੀ ਇੱਕ ਦੰਦਾਂ ਦੇ ਹਿਸਾਬ ਤੋਂ ਡੈਂਟਲ ਲਾ ਆਈਡੀਆ ਲਾ ਕੇ ਦੱਸ ਸਕਦਾ ਸੋ ਦੰਦਾਂ ਦੀ ਸਾਂਭ ਸੰਭਾਲ ਵੀ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਪਹਿਲਾਂ ਅਸੀਂ ਗੱਲ ਕਰਦੇ ਸੀ ਲੈਬ ਦਾ ਆ ਲੈਬ ਦੇ ਇੱਥੇ ਆਪਣੇ ਟੈਸਟ ਕਰਾ ਕੇ ਅਸੀਂ ਸਰੀਰ ਦਾ ਦੇਖ ਸਕਦੇ ਹਾਂ ਦੰਦ ਗਏ ਸਵਾਦ ਗਿਆ ਜਿਸ ਤਰ੍ਹਾਂ ਕਹਾਣੀ ਬਣੇ ਹੋਏ ਆ ਸੋ ਦੰਦਾਂ ਦੀ ਵੀ ਆਪਾਂ ਸਾਂਭ ਸੰਭਾਲ ਕਰੀਏ ਵੈਸੇ ਵੀ ਜਿੱਦਾਂ ਦਾ ਆਪਣਾ ਪਾਣੀ ਹੋ ਗਿਆ ਖੁਰਾਕ ਹੋ ਗਿਆ ਦੰਦਾਂ ਨੂੰ ਸਭ ਤੋਂ ਪਹਿਲਾਂ ਫੜ ਲੈਂਦਾ ਜੀ 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 ਕਿਸਾਨ ਮਜ਼ਦੂਰ ਏਕਤਾ ਹੋਸਪਿਟਲ ਚਲਾਂਗ ਦੇ ਵਿੱਚ ਇਸ ਵੇਲੇ ਬੈਠੇ ਹਾਂ ਅਤੇ ਕਿਉਂਕਿ BDS ਜਾਣੀ ਕਿ ਦੰਦਾਂ ਵਾਲੇ ਯੂਨਿਟ ਦਾ ਡੈਂਟਲ ਯੂਨਿਟ ਦਾ ਹੁਣੇ ਹੁਣੇ ਆਗਾਜ਼ ਹੋਇਆ ਸ਼ੁਰੂਆਤ ਹੋਈ ਹੈ ਅਤੇ ਉਮੀਦ ਕਰਦੇ ਹਾਂ ਕਿ ਇਲਾਕੇ ਨੂੰ ਬਹੁਤ ਸਾਰਾ ਫਾਇਦਾ ਹੋਏਗਾ ਖਾਸ ਤੌਰ ਦੇ ਉੱਤੇ ਆਰਥਿਕ ਤੌਰ ਦੇ ਉੱਤੇ ਜਿਹੜਾ ਨਿਮਨ ਵਰਗ ਅਤੇ ਨਿਮਨ ਮੱਧ ਵਰਗ ਹੈ ਉਹਨਾਂ ਨੂੰ ਕਿਉਂਕਿ ਖਰਚਾ ਬਹੁਤ ਹੁੰਦਾ ਇੱਥੇ ਉਮੀਦ ਕਰਦੇ ਹਾਂ ਕਿ ਖਰਚਾ ਥੋੜ੍ਹਾ ਜਿਹਾ ਘੱਟ ਹੋਊਗਾ ਡਾਕਟਰ ਸਾਹਿਬ ਨਾਲ ਨੇ ਅਤੇ ਅੱਧੇ ਕੁ ਦਹਾਕੇ ਦਾ ਆਪਾਂ ਮੰਨ ਕੇ ਚੱਲਦੇ ਹਾਂ ਕਿ ਉਹਨਾਂ ਦੇ ਕੋਲ ਤਜ਼ਰਬਾ BDS ਜਾਣੀ ਕਿ ਦੰਦਾਂ ਦੇ ਡਾਕਟਰੀ ਦੀ ਉਹਨਾਂ ਨੇ ਕੀਤੀ ਹੋਈ ਹੈ ਪੜ੍ਹਾਈ ਪੂਰੀ ਕੀਤੀ ਹੋਈ ਹੈ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੇ ਤੁਸੀਂ ਆਪਣੇ ਦੰਦ ਚੈੱਕ ਕਰਾਉਣੇ ਹੋਣ ਕਿੱਥੋਂ ਕਰਾਉਂਦੇ ਹੋ ਹਾਂਜੀ ਮੈਂ ਆਪਣੇ ਸੀਨੀਅਰਸ ਤੋਂ ਕਰਾ ਲੈਂਦੀ ਹਾਂ ਹਾਂਜੀ ਕਿਉਂਕਿ ਤੁਹਾਡੇ ਸੀਨੀਅਰ ਹੈਗੇ ਆ ਆਮ ਲੋਕਾਂ ਦੇ ਸੀਨੀਅਰ ਨਹੀਂ ਹੁੰਦੇ ਦੰਦਾਂ ਦੇ ਡਾਕਟਰ ਇੱਥੇ ਜੇ ਚਲਾਂਗ ਦੇ ਆਸ ਪਾਸ 15 ਕਿਲੋਮੀਟਰ ਇੱਧਰ 15 ਕਿਲੋਮੀਟਰ ਇੱਧਰ ਕਿਸੇ ਨੂੰ ਐਂ ਪਤਾ ਲੱਗੂਗਾ ਅੱਜ ਦੇ ਪ੍ਰੋਗਰਾਮ ਤੋਂ ਕਿ ਉੱਥੇ ਦੰਦਾਂ ਦਾ ਯੂਨਿਟ ਸ਼ੁਰੂ ਹੋ ਗਿਆ ਕੀ ਸਮੱਸਿਆ ਹੋਵੇ ਤਾਂ ਤੁਹਾਡੇ ਕੋਲ ਆ ਸਕਦੇ ਆ ਜਿਹੜੀ ਹੱਲ ਕਰ ਦਿਓਗੇ ਦੰਦਾਂ ਦੀ ਠੀਕ ਆ ਆਪਾਂ ਤਾਂ ਇੱਦਾਂ ਹੈ ਕਿ ਆਪਾਂ ਪ੍ਰੀਵੈਂਟਿਵ ਤੋਂ ਸ਼ੁਰੂ ਕਰ ਸਕਦੇ ਹਾਂ ਜਿਹਨੂੰ ਕੋਈ ਸਮੱਸਿਆ ਨਹੀਂ ਵੀ ਹੈਗੀ ਜਿਹੜੇ ਚੈੱਕ ਕਰਾਉਣਾ ਚਾਹੁੰਦੇ ਹਾਂ ਜਦੋਂ ਮਰਜ਼ੀ ਆ ਕੇ ਚੈੱਕ ਕਰਾ ਸਕਦੇ ਹਾਂ ਇਸ ਤੋਂ ਇਲਾਵਾ ਜਿੱਦਾਂ ਇਨੀਸ਼ੀਅਲੀ ਜਦੋਂ ਸਟਾਰਟ ਹੁੰਦਾ ਹੈ ਕੀੜਾ ਲੱਗਣਾ ਉਦੋਂ ਜਿਹੜੀ ਆਪਾਂ ਨੋਰਮਲੀ ਆਪਾਂ ਇੱਕ ਟਾਈਮ 'ਤੇ ਆ ਕੇ ਸਟੋਪ ਕਰ ਸਕਦੇ ਹਾਂ ਉਹਨੂੰ ਆਪਾਂ ਉਹਦੀ ਫਿਲਿੰਗ ਕਰ ਸਕਦੇ ਹਾਂ ਜਿਹਦਾ ਜ਼ਿਆਦਾ ਵੱਧ ਚੁੱਕਿਆ ਜਿਹਦੀ ਦਰਦ ਹੋ ਰਹੀ ਹੈ ਉਹਨਾਂ ਦੀ RCT ਕਰ ਸਕਦੇ ਹਾਂ ਜੇ ਜ਼ਿਆਦਾ ਹੀ ਦੰਦ ਖਰਾਬ ਹੋ ਗਿਆ ਕੈਪ ਲੱਗ ਜਾਂਦੇ ਆ ਇਸ ਤੋਂ ਇਲਾਵਾ ਐਕਸਟ੍ਰੈਕਸ਼ਨਸ ਹੋਣਗੀਆਂ ਇੱਥੇ ਕਲੀਨਿੰਗ ਹੋ ਸਕਦੀ ਆ ਦੰਦਾਂ ਦੀ ਇਸ ਤੋਂ ਇਲਾਵਾ ਜਿਨ੍ਹਾਂ ਦੇ ਦੰਦ ਬਿਲਕੁਲ ਨਿਕਲ ਚੁੱਕੇ ਆ ਜਿਨ੍ਹਾਂ ਦੇ ਡੈਂਚਰ ਲਵਾਉਣੇ ਉਹ ਵੀ ਆ ਸਕਦੇ ਆ ਹਾਂਜੀ ਤਕਰੀਬਨ ਸਾਰਾ ਹੀ ਕੰਮ ਹੋ ਜਾਊਗਾ ਜੀ ਹਾਂਜੀ ਇੱਕ ਮੈਨੂੰ ਹੋਰ ਦੱਸਿਓ ਕਿ ਮੈਂ ਪਹਿਲਾਂ ਪੁੱਛਦਾ ਹਾਂ ਕਿ ਕਿੱਦਾਂ ਦੀਆਂ ਚੀਜ਼ਾਂ ਸਾਨੂੰ ਨਹੀਂ ਖਾਣੀਆਂ ਚਾਹੀਦੀਆਂ ਜੇ ਦੰਦ ਬਚਾਉਣੇ ਆ ਕਿਉਂਕਿ ਠੀਕ ਹੈ ਤੁਹਾਡਾ ਕੰਮ ਹੈ ਤੁਸੀਂ ਤਾਂ ਕਹੋਗੇ ਕਿ ਭਾਈ ਦੰਦਾਂ ਵਾਲੇ ਬੰਦੇ ਸਾਡੇ ਕੋਲ ਆਉਣ
हाँ जी, सब तो इदा जो आप सुनते हैं कि जो टॉफिया चॉकलेटा है ना जो बहुत मिठा है जो दंदा चिपक जाता है स्पैशली स्टिकी फूड हों चॉकलेटा हो जाएँ तो ये चीज़ा नहीं खानिया चाहिए बहुत ज़्यादा तो जो खा भी लें तो आप उस तो बाद ब्रश कर लिए तो वधिया गल है। शुक्रिया जी, बहुत मेहरबानी, धन्यवाद। सत श्रीकाल जी। सत श्रीकाल भाजी। डॉक्टर साहब, मैनू पहला तो अपना नाम दसो क्योंकि मैं ये पता कि पंजाबी थोड़े जि भुलन वाले बंदे आ। साल तो थोड़ा नाँ चलता रहा उत्थे जो किसान मोर्चा लग्या सी, हुण किहनू किहनू भुल गया, थले टिप्पणियां भी सारिया ने उदा कर देनी है। बिल्कुल जी, मेरा नाम अवतार सिंह, फाउंडर लाइफ केयर फाउंडेशन। ठीक है जी, फाउंडर का मतलब मोढ़ी। तुसीं मैनू इह दस्सिओ कि इह कंसैप्ट, क्योंकि चलांग वालिआं नूं नहीं सी पता पहलां, आस पास के लोगों हुण पता लगा क्योंकि थोड़ी एक ब्रांच एक यूनिट मोढ़े इत्थे भी वज गया, कि सच्ची मुच्ची जिहड़े टैसट हुंदे ने उह सस्ते ने आम लोगों की पहुँच दे विच? बिल्कुल जी, सरकारी रेटा तो भी घट, सिर्फ खर्चा तो। अगर एक थायरॉयड टैस्ट की गल करा तो TSH का रेट PGI भी 100 रुपए का, इतने 50 रुपए होंदा वो। तो जिहड़ा उस तो इलावा भी साडी टीम नूं लगता कोई लोड़वंद है, पुअर है, किसी की सर्जरी होनी है भी नहीं दे सकता, असीं उहदा फ्री ऑफ कॉस्ट भी करते हैं। सो ये संगत द्वारा संगत लिए ही चलाया जा रहा। ये तकरीबन पंजाब के 45 शहरां दे विच ये सेंटर चल रहे हैं जिथे कि गुरुद्वारा साहब से सेवा चलती है। सो संगत को बहुत फायदा मिलता है, कैंप लाए जाने वक्रे वक्रे पिंडां दे विच। इत्थे दी जी आपां हुण गल करदे आ कि जदों दा इत्थे शुरू होया जिन्ना क रिस्पोंस तुहानूं लगदा सी कि आम लोगों नूं तो मिलेगा उन्ना क मिल रहा, मरीज़ आ रहे ने? देखो जी, इत्थे गल क्लीयर करना चाहुंदा भी ये साडा सब दा फर्ज बनता, ये सेवा का हर कोई फायदा ले के तुसी भी आपदे चैनल राही अज दसवंध पा रहे हो अपना, तां जो किसी लोड़वंद का फायदा हो सके। असी लोड़वंद दे फायदे लिए खोलिया क्योंकि पंजाब दे विच कैंसर दीआं बीमारियां है ना, ते तुहाडीआं किडनी दे पेशेंट्स बहुत वधे ने। सो वह जो परिवार च इक बीमार हुंदा उहदा खर्चा उहदी जिहड़ी आर्थिक हालत खराब हो जाती है, तो वह बहुत सारे टैसट उन्हां रेटां ते हुंदे आ जो बंदा नॉर्मल नहीं करा सकता। बाहर 5-5 हज़ार के टैसट हुंदे आ, 1000-1200 इत्थे टैसट हो जाते हैं। सो ये बहुत बड़ी राहत है भी आपां चाहुंदे आ पेशेंट पहलां जो मतलब नहीं सी, कैंप लाया अमरजीत भाजी ने बड़ी हिम्मत मारी है इत्थे, क्योंकि साड़ी सोच सी भी जो भी सानू किसी भी संगत ने कोई चीज़ उत्थे डोनेट की है वह रुले ना, वह संगत एक कम आए। सो एक एक चीज़ इतने पानी के प्लांट तो लैके हॉस्पिटल समान तक फिजियोथेरेपी भी हैगी साढ़े को भी सारा इतने सेवा च। अच्छा, किसान मोर्चे च किन्ने दिन काम किया, किवें गए सी, 2 मिनट दस। बिल्कुल जी, 2 दिन लिए गए से असी, तो जिमें आम किसान ने अपना कोई उदा तो है नहीं, जिमीदार परिवार चो ही हैं। सो भी चलो अपने भी दर्द सगा भी आप जाके सेवा करिए। सो 2 दिन लिए गए से, एक टेबल तो शुरू किया तो बहुत बड़ा हॉस्पिटल उत्थे बन गया, तो पूरा 1 साल लाया उत्थे। हाँ जी, संगत का सहयोग रहा, वीरां दा जिहड़े वीर बाहरों जुड़े से अज भी जुड़े हुए हैं। सो उन्हां चों एक टीम ने अपना फ्लोरिडा तो संगत है, उन्होंने ये डोनेट किया पूरा सैटअप तो जो संगत की होर सेवा हो सके। बहुत शुक्रिया जी, मेहरबानी, धन्यवाद जी। सो इस वेले किसान मजदूर एक तो हॉस्पिटल चलांग दे विच है, टैलीफोन नंबर मेरा इरादा सी कि एक बार फिर पूछ लीए, सरदार साहब बैठे ने, की हाल चाल ने जी, ठीक ठाक हो? ठीक है सर, ठीक है। व्हाट्सएप सब तो पहला टैलीफोन नंबर जी, जे किसी नूं क्योंकि मैं मन के चलदा कि मेरे पिंड किसी नूं जे नहीं पता, उन्होंने जे पुछना क्योंकि मरीज़ बंदा कि इत्थे की सहूलत मिलती है, किहदा इलाज करा सकदा, किहदा टैसट करा सकदा, किन्ने तो किन्ने बजे तक, किन्ने दिन? व्हाट्सएप सवेरे 7 बजे हॉस्पिटल खुल जाता जी, असी तकरीबन 6 बजे आ जाइए, सफाई सफुई करने वाले भी आ जाते सारे सेवादार जिन्ने भी है। सो सवेरे 7 बजे साड़ी लैब ओपन हो जाती है, 7 तो 11 बजे, और जिन्हें भी टैसट साड़ी लैब के होंगे खाली पेट होने जी। ठीक है। सो असी संगत को बेनती करते भी जिन्हें भी टैसट कराने हैं खाली पेट आके 7 बजे तो लैके 11 बजे तक टैसट करा सकते, उसके बाद फिर कैंप शुरू हो जाते जी। शनिवार को डॉक्टर रंजीत आते हैं जी, ऐतवार को डॉक्टर गगन आते हैं जी, सो बुधवार को साढ़े फिजियोथेरेपी वाले आते हैं जी, डॉक्टर साढ़े को फिजियोथेरेपी वाले मिले नहीं, मैं भी थोड़े मीडिया रा प्राइम एशिया थ्रू भी बेनती करता संगत को, जे कोई फिजियोथेरेपी वाला सेवादार डॉक्टर है या पे भी लैनी चाहता साड़ी टीम वो भी पे करेगी उसकी, और फिजियोथेरेपी के सानू डॉक्टर चाहिए चाहिए जे साढ़े को सैटअप है, मशीन है, लेकिन डॉक्टर नहीं है इस टाइम, और डॉक्टर एक रेगूलर भी असी लभ रहे हैं, सानू MBBS भावें मिल जाए ता कि जिहड़ी संगत की सेवा कर सके। टेलीफोन नंबर 84-272-8081 मेरा परसनल नंबर आ, तो जिहड़ा हॉस्पिटल का नंबर आ 94-44-62-17, ये हॉस्पिटल का नंबर आ, मैं फिर दोबारा रिपीट कर दिंदा, हॉस्पिटल का नंबर है 94-64-62-17। जे हॉस्पिटल का नहीं लगता नंबर तो मेरे फोन नंबर पर
84272 8081 के उत्ते राबता कायम कर सकते। जे कि एंबूलेंस की लोड़ पैंदी है तो भी तुसी फोन कर सकते। किसी तरह की भी कोई इनकुआरी करनी है दोनों फोन नंबर के उत्ते इनकुआरी कर सकते। बहुत मेहरबानी, धन्यवाद जी। धन्यवाद व्हाट्सएप। सत श्री अकाल जी, की हाल चाल ने जी? ठीक बहुत वधिया, तुसी सुनाओ जी? वधिया जी। ते मैनू इन्ना दस्सो, तुसी आउने हो किसे किसे दिन? हां सैटरडे शनिवार। हां पहला मेरे संडे ओपीडी हुंदी, कुछ घर दे पर्सनल इश्यूज करके सैटरडे स्टार्ट कीती है। ठीक है जी। हां जी, ते किन्ने बजे आउने हो जी? सैटरडे मेरा टाइम रहेगा 1-4 जी। 1-4 जी, ठीक है जी। ते चंगा लगदा जी इत्थे आके? बहुत वधिया लगदा जी, बहुत वधिया। ठीक है जी। तां मैनू इक चीज़ होर दस्सो कि जिहड़े आम हुण तक लोक आउंदे ने तुहाडे समझ दे विच, जिहड़े की समस्यावां ने जी मूल उहनां दीआं? समस्या जो ऑलरेडी हायर इंस्टीट्यूट चलदियां ने, रीनल डिजीज़ हो गई, डायबिटीज, हाइपरटेंशन, फीवर वगैरह के तो सीजनल होंगे, बाकी मेन पेशेंट यही होंगे। थैंक यू जी, शुक्रिया जी, बहुत मेहरबानी। सो एक बार फिर बारले पासे नूं चलदे हां जी। तो मैं सोचता सी कि तुर के सारा सैटअप एक करी आप दिखा दाँ। इधरले पासे एंबूलेंस खड़ी है जी, ये एंबूलेंस आ। तो ये बाबत भी उन्होंने दसता कि दो टैलीफोन नंबर थोनों दिते आ, तुसीं उन्हां दे उत्ते फोन करके जे एंबूलेंस की लोड़ है इस इलाके दे विच तां जरूर टैलीफोन करके एंबूलेंस की फैसिलिटी जिहड़ी है उहदी वरतों कर सकते हो। इदां ही कुर्सियां लगियां रहिंदियां वेटिंग रूम दे विच। इधरले पासे फार्मेसी है, फार्मेसी दे विच दवाइयां जिहड़ियां उह पईयां होईयां ने, फिजियोथरैपी का सारा कुछ जिहड़ा प्रबंध है, पिछे डॉक्टरां दे आराम करन दे लई अजे जिहड़ा उह बणना है। सो मैं एक बार फिर क्लीयर करदा कि असीं जिहड़ी थां दे उत्ते खड़े हाँ, तुरदे तुरदे बाहरले पासे नूं चलदे हाँ। ये किसान मजदूर एकता हस्पताल चलांग है, तो किसान मजदूर एकता हस्पताल चलांग दे विच जिन्नियां कु सर्विसिज जिहड़ियां शुरू कर सकते सी उन्होंने कर दित्तियां। तो बिल्कुल उही ढांचा जिहड़ा कि सिंघू बॉर्डर दे उत्ते हुंदा सी, ओह ढांचा बिल्कुल उस तरीके जिहड़ा ओह रखिया होया, तो उत्थों सारे दा सारा ढांचा लिया के इत्थे सैटअप कर दिता। तो जिहड़े सरदार साहब इधरले पासे तस्वीर तुसी देख रहे हो, इन्हां दी परिवारक जमीन दे उत्ते इस वेले बनिया होया। जदों जमीना दी बन्नियां दे झगड़े साडे आले दुआले पए होए ने, तो उस वेले उन्होंने ये जमीन दे उत्ते सारा हस्पताल जिहड़ा बनाया। सो उम्मीद करते हैं जे तुसी जलंधर वाले पासे तो आओ तो सज्जे पासे है जी चलांग शहर दे विच, जे पठानकोट वाले पासे आओ तो खब्बे पासे मुड़ो 200 मीटर दे उत्ते जिहड़ा ये हस्पताल इस वेले बनिया होया। तो जे आके सेवावां दा निघ मानना चाहो, क्योंकि बहुत घट कीमत दे उत्ते ने, तां सहाई जरूर होगा। असी देश विदेश वस रहे डॉक्टरां नूं एक अपील करते हैं लाइफ केयर फाउंडेशन वालों, जल्द ही असी एक मोबाइल ऐप लॉन्च करन जा रहे हैं। उस मोबाइल ऐप राही जो पेशेंट टेस्ट करा के चला जाता घर, रिपोर्ट आपकी घर रख लैंदा, बहुत सारिया बीमारियां इदा दियाँ होंदियां जिन्हां नूं आपां प्रिवेंटिवली समय तो पहला जाँच करके उहदा इलाज कर सकते हैं। सो उन्हां डॉक्टर्स लई एक प्लेटफॉर्म हैगा, असीं इह मोबाइल ऐप लॉन्च कर रहे हैं। आप दा दसवंध कढ के पेशेंट लई 1 घंटा या 2 घंटा जिन्ना भी समा दे सकते हो जरूर दया करो, तां जो असीं संगत की सेवा कर सकीए। बेनती प्रवान करो। वाहिगुरू जी का खालसा, वाहिगुरू जी की फतेह। अज साडे नाल पूरी टीम प्राइम एशिया दी, बाट साहब बहुत बहुत धन्यवाद बाट साहब दा, साढ़े इत्थे जंगल दे विच पहुँचण ते ये जिहड़ा जंगल आ इको सिख वालिया ने जंगल सानू ला के दिता। और मैं बाट साहब नूं दसना चाहुंदा वी ये जंगल दे विच 1100 बूटा है जी। ठीक है जी। 1100 बूटे वह आ जिहड़े कि गुरु नानक देव ने अपनी बाणी दे विच जिक्र किया, जिन्हां बूटियां दा सिंबल दा सिंबल दी तां बहुत जी बाणी दे विच जिक्र आउंदा, सिंबल रुख सराज दा, ये सिंबल दा वी रुख, इहदे विच महुए दा, करंज दा, इस तरह तकरीबन 42 वरायटियां जी, 42 वरायटियां ये जिहड़ियां गुरु महाराज ने अपनी बाणी दे विच जिक्र किया ईको सिख वाले ने ला के दित्तियां। ये जिहड़ा जंगल दा लाउण दा तरीका आ जी, ये इको सिख वालियां ने मियांवाकी टैक्नीक नाल लाया, जिहड़ी जापान की टैक्नीक आ जी, मियांवाकी टैक्नीक जापान की है। ये 16 क्वांटल तूड़ी पाई हुई है जी, 32 क्वांटल फक है, तो 1 ट्राली गोए की पा के इनू फिर रलाया होया जी, 3 फुट तक JCB दे नाल रलाया सी। ठीक है, थले 3 फुट तक, थले 3 फुट तक इनू पोला किया होया। और जे आपां किसी नूं दस देना भी ये 1100 बूटा लग्या होया जी एक कनाल दे विच, ते बड़ा हैरान हुंदा भी ये किस तरह लग्या, उही थोनू मैं दस दिया जिहड़े मियांवाकी दी उह दस दे इको सिख वाले टैक्नीक आ। ये जिन्ने बूटे लगे हुए एक दूसरे नूं खुराक दिंदे आ जी। ठीक है जी। साडे इंसानी तौर ते नहीं भी एक दूसरे को खो के खाना जी, ओ नहीं, ये परमात्मा दे प्रकृति दे असूलां दे मुताबिक ये जिहड़े भी बूटे है एक दूसरे नूं एक दूसरे की खुराक दिंदे आ जी, एक दूसरे का सांभ संभाल करदे आ, देख रेख करदे आ। जिस तरह ये बार बार बूटे लाए हुए आ, निम दा आ,
सुहांजने का बूटा वो नाले दूसरा जी एंटीबायोटिक जिहड़ा आ सुहांजना एंटीबायोटिक आ फिर ये करंज का बूटा है जी ये साढ़े एक आयुर्वैदिक दे विच आ जांदे आ जिस तरह लगा जी ये सिर्फ तो सिर्फ 8 महीने का जी मैं तुहानू पुछा भी किन्ने महीने का तुसीं किदां दसोगे भी बूटे सालों का लगता जी सो इस तरह अज हेज़ल का जन्मदिन भी आ और ये बूटे दो लैके आई है एक बिल का एक माल्टा जी हाँ दो बूटे लैके आई जिन्हें भी किसी ने लाने हो अपनी याददाश्त इतने ला सकता तो वो बाड़ साहब ये जड़े आले दुआले बूटे लगे हुए आ ये अंब दे जैसमीन है जी जिन्हू आप चमेली की कह दें बहुत सोहने बूटे आ असी पहला सोचते सी भी बिच कई कई बूटे डैमेज हो गए थे मैं कैमरा बयान भीर नूं कहूँगा भी इधर मारे कैमरा आ बूटा जिहड़ा ने जी हुण निकलिया जी बाड़ साहब सानूं ऐ सीगा भी ये मतलब 2-3% बूटे मर जाने आ लेकिन हुण सानूं इस तरह लग रहा कि ये 100% बूटे जिहड़े ना इस जंगल दे विच चले आ सो इस जंगल की एक होर जिहड़ी महत्ता बाड़ साहब मैं तुहानूं दसणी चाहुंदा सी ये जिहड़े साडे इत्थे बूटे नहीं हैगे जी गब्बे एक त्रिवेणी बनाई हुई है जी निम बोड़ ते पिपल जी ये जिहड़े तिन्ने बूटे आ बोड़ तां नहीं निम पिपल ते ये जिहड़े रात नूं भी ऑक्सीजन सो ये जिहड़े आ किक्कर आ जी देसी किक्कर आ देसी फला आ इन्हां दे मतलब ये है जी कि इस जंगल दे विच जिस तरह के बूटे भी नवें कई ना असीं सुणदे आ वो जानवर भी उस तरह के इन्हां बूटियां नूं प्यार करन वाले आउणगे जिस तरह ये किक्कर दे विच वो चिड़ियां ने आंडे देने आ कि जिहड़ियां बाहर अपने आप नूं सेफ नहीं समझदियां कि चिड़ियां बेचारियां दे आंडे कोई सप्प खा जांदा कां खा जांदा हुण जे किक्कर दे उत्ते इहदा आलणा बणिया चिड़ी ने छोटी जी चिड़ी जिहड़ी बेचारी बणाउंदी आ उहदे ते सप्प ने भी नहीं चढ़ना क्यों कंडे लगने आ नहीं किसी ने चढ़ना कां ने भी नहीं विच बड़ना तो निक्की चिड़ी ने तो घूम घूम के जिद्दे दी विच चल जाणा जी बिल्कुल ठीक हाँ जी जी